ਸਰ ਅੱਜ ਬੰਦੇ ਭਾਰਤ ਟ੍ਰੇਨ ਆ ਰਹੀ ਹੈ ਦਿੱਲੀ ਤੋਂ ਚੱਲ ਕੇ ਜੰਮੂ ਤੱਕ ਔਰ ਕਟਰਾ, ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਸਾਡਾ ਇਹ ਗੁਜ਼ਾਰਿਸ਼ ਹੈ ਕਿ ਅਸੀਂ ਕਹਿੰਦੇ ਹਾਂ ਕਿ ਚੱਕੀ ਬੈਂਕ ਪਠਾਨਕੋਟ ਇਹਦਾ ਸਟਾਪਜ ਹੋਣਾ ਚਾਹੀਦਾ ਹੈ ਔਰ ਸਾਡਾ ਵੀ ਕਾਰੋਬਾਰ ਵਧੇਗਾ, ਉਹ ਸ਼ਹਿਰ ਦੇ ਲੋਕਾਂ ਦਾ ਵੀ ਫਿਰ ਆਉਣਾ ਜਾਣਾ ਵਧੇਗਾ ਔਰ ਹਿਮਾਚਲ ਦੇ ਲੋਕ ਵੀ ਆਉਣਾ ਜਾਣਾ ਇਹਨਾਂ ਦਾ ਵਧੇਗਾ। ਅਸੀਂ ਪਿਊਸ਼ ਗੋਇਲ ਰੇਲ ਮੰਤਰੀ ਕੇ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਪਠਾਨਕੋਟ ਕੈਂਟ ਵਿੱਚ ਬੰਦੇ ਭਾਰਤ ਰੇਲ ਦਾ ਸਟਾਪਜ ਹੋਣਾ ਚਾਹੀਦਾ। ਜੇ ਬੰਦੇ ਭਾਰਤ ਟ੍ਰੇਨ ਚਲਾਈ ਹੈ ਉਹ 10 ਵਜੇ ਦਿੱਲੀ ਤੋਂ ਚੱਲਣੀ ਹੈ, ਲਗਭਗ 18 ਵਜੇ ਕਟਰੇ ਪਹੁੰਚ ਜਾਣੀ ਹੈ। ਇਹ ਬਹੁਤ ਅੱਛੀ ਟ੍ਰੇਨ ਚਲਾਈ ਹੈ, ਰੇਲ ਨੇ ਪਹਿਲ ਕੀਤੀ ਹੈ ਘੱਟ ਸਟਾਪੇਜ ਨਾਲ। ਬਾਕੀ ਸਾਡੀ ਗੱਡੀਆਂ 11-12 ਘੰਟੇ ਲੈਂਦੀ ਹੈ, ਇਹ 8 ਘੰਟੇ 'ਚ ਵੈਸ਼ਨੋ ਦੇਵੀ 'ਤੇ ਪੈਸੰਜਰ ਪਹੁੰਚ ਜਾਣਗੇ ਅਤੇ ਸਾਰੀ ਸੁਵਿਧਾ ਹੈਗੀ ਇਹਦੇ 'ਚ, ਨੀਟ ਐਂਡ ਕਲੀਨ ਗੱਡੀ ਹੈ। ਇੱਦਾਂ ਦੀਆਂ ਹੋਰ ਵੀ ਗੱਡੀਆਂ ਚੱਲਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਹੋਰ ਸੁਖਾਲਤਾ ਮਿਲ ਜਾਏਗੀ। ਸਰ ਜਿਸ ਨਾਲ ਪਠਾਨਕੋਟ ਨਹੀਂ ਰੁਕੀ ਹੈਗੀ? ਨਹੀਂ ਨਹੀਂ ਬਿਲਕੁਲ ਹੈ, ਕਿਉਂਕਿ ਇਹਦੇ ਨਾਲ ਸਾਡਾ ਹਿਮਾਚਲ ਪੈਂਦਾ, ਕਾਫੀ ਸਾਡਾ ਏਰੀਆ JNK ਦਾ ਵੀ ਕਵਰ ਹੁੰਦਾ, ਪੰਜਾਬ ਦਾ ਵੀ ਕਾਫੀ ਦੂਰ ਤੱਕ ਜਿੱਦਾਂ ਸਾਡਾ ਬਟਾਲਾ ਤੱਕ ਵੀ ਕਵਰ ਹੋ ਜਾਂਦਾ। ਸੁਵਿਧਾ ਮਿਲਣੀ ਚਾਹੀਦੀ ਹੈ ਸਟਾਪਜ ਹੋਏ 'ਤੇ। ਮੈਂ ਦਿੱਲੀ 'ਤੇ ਆਇਆ ਹਾਂ, ਬੰਦੇ ਭਾਰਤ ਟ੍ਰੇਨ ਜੋ ਸਰਕਾਰ ਨੇ ਨਹੀਂ ਚਲਾਈ ਹੈ ਉਹ ਯਹਾਂ ਨਹੀਂ ਰੁਕਤੀ ਹੈ। ਯਹਾਂ ਪਰ ਰੁਕੇ ਤੋ ਹਮ ਲੋਕ ਯਹਾਂ ਵੀ ਰੁਕ ਸਕਤੇ ਹੈ ਔਰ ਯਹਾਂ ਪਰ ਕਾਫੀ ਪਾਸ ਮੇਂ ਮਾਤਾ ਜਵਾਲਾ ਜੀ ਹੈ, ਹਿਮਾਚਲ ਮੇਂ ਕਾਫੀ ਘੁੰਮਣੇ ਕੀ ਜਗ੍ਹਾ ਹੈ। ਯਹਾਂ ਕੇ ਲੋਕੋ ਵੀ ਕਾਫੀ ਫਾਇਦਾ ਹੋਗਾ ਅਗਰ ਬੰਦੇ ਭਾਰਤ ਟ੍ਰੇਨ ਯਹਾਂ ਰੁਕੇਗੀ ਔਰ ਜੋ ਦਿੱਲੀ ਸੇ ਬੰਦੇ ਆਉਣਾ ਚਾਹਤੇ ਹੈ ਯਹਾਂ ਉਨ ਲੋਕੋ ਵੀ ਕਾਫੀ ਫਾਇਦਾ ਹੋਗਾ। ਤੋ ਮੈਂ ਸਰਕਾਰ ਸੇ ਯਹੀ ਨਿਵੇਦਨ ਕਰਤਾ ਹੂੰ ਕਿ ਬੰਦੇ ਭਾਰਤ ਟ੍ਰੇਨ ਬਹੁਤ ਅੱਛੀ ਟ੍ਰੇਨ ਹੈ, ਅਗਰ ਯਹਾਂ ਵੀ ਰੁਕੇਗਾ ਤੋ ਹਮ ਲੋਕੋ ਕੋ ਔਰ ਯਹਾਂ ਕੇ ਲੋਕੋ ਕੋ ਵੀ ਬਹੁਤ ਬੈਨੀਫਿਟ ਉਸਸੇ ਮਿਲੇਗਾ। ਜੈ ਮਾਤਾ ਦੀ।